ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਗੁੱਡ ਮਾਰਨਿੰਗ, ਵੈਲਫੇਅਰ ਕਲੱਬ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਜੋ ਜੀ, ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਬੱਬੂ ਕੋਲ। ਬੱਬੂ ਪਵਨ ਧੀਂਗੜਾ ਜੀ ਵੱਲੋਂ ਤੇ ਸੁਪਰਡੈਂਟ ਸੁਰਿੰਦਰ ਸਿੰਘ ਵੱਲੋਂ ਕੀ ਸੁਣਾਉਣ ਲੱਗੇ ਨੇ। ਹਾਂਜੀ ਬੱਬੂ, ਪਹਿਚਾਨ ਸੇ ਮਿਲਾ ਕਾਮ, ਪਹਿਚਾਨ ਸੇ ਮਿਲਾ ਕਾਮ, ਬਹੁਤ ਕਮ ਸਮੇਂ ਕੇ ਲਈ ਟਿਕਤਾ ਹੈ, ਬਹੁਤ ਕਮ ਸਮੇਂ ਕੇ ਲਈ ਟਿਕਤਾ ਹੈ, ਕਾਮ ਸੇ ਮਿਲੀ ਪਹਿਚਾਨ, ਬਹੁਤ ਕਾਮ ਸੇ ਮਿਲੀ ਪਹਿਚਾਨ, ਉਮਰ ਭਰ ਕਾਇਮ ਰਹਿਤੀ ਹੈ, ਉਮਰ ਭਰ ਕਾਇਮ ਰਹਿਤੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਹਾਂਜੀ ਮਿੰਦਰ ਜੀ, ਸਭਿਅਕ ਭਾਸ਼ਾ ਹੋਵੇ। ਇੱਕ ਪਤੀ ਪਤਨੀ ਕਿਸੇ ਪਾਰਟੀ ਜਾ ਰਹੀ ਹੈ ਜੀ, ਤੇ ਪਤਨੀ ਕਹਿੰਦੀ ਉਹ ਜਿਹੜਾ ਮੁੰਡਾ ਨੱਚਦਾ ਪਿਆ ਨਾ, ਮੈਂ ਉਹਨੂੰ 10 ਸਾਲ ਪਹਿਲਾਂ ਰਿਜੈਕਟ ਕੀਤਾ ਸੀਗਾ ਜੀ, ਤੇ ਪਤੀ ਕਹਿੰਦੇ ਨਾ ਇਹ ਹੁਣ ਤਾਂ ਖੁਸ਼ੀ ਮਨਾ ਰਿਹਾ। ਕਿਆ ਬਾਤ ਹੈ, ਕਿਆ ਬਾਤ ਹੈ। ਹਾਂਜੀ ਪਿਆਸਾ ਜੀ, ਹਾਂਜੀ ਅੰਨਾ, ਸੰਸਾਰ ਦੀ ਦਿਲਚਸਪੀ, ਸੰਸਾਰ ਦੀ ਦਿਲਚਸਪੀ ਤੁਹਾਡੇ ਹਾਸਿਆਂ ਵਿੱਚ ਹੈ, ਸੰਸਾਰ ਦੀ ਦਿਲਚਸਪੀ ਤੁਹਾਡੇ ਹਾਸਿਆਂ ਵਿੱਚ ਹੈ, ਰੋਣਾ ਤਾਂ ਸੰਸਾਰ ਕੋਲ ਆਪਣਾ ਹੀ ਬਹੁਤ ਹੈਗਾ, ਰੋਣਾ ਤਾਂ ਸੰਸਾਰ ਕੋਲ ਆਪਣਾ ਹੀ ਬਹੁਤ ਹੈ, ਆਪਣਾ ਹੀ ਬਹੁਤ ਹੈ। ਹਾਂਜੀ ਪ੍ਰਿੰਸੀਪਲ ਦਰਸ਼ਨ ਸਿੰਘ ਜੀ, ਸ਼ਕਤੀਸ਼ਾਲੀ ਵਿਚਾਰ ਉਸਾਰ ਕੇ, ਸ਼ਕਤੀਸ਼ਾਲੀ ਵਿਚਾਰ ਉਸਾਰ ਕੇ, ਭੈੜੇ ਸੰਸਕਾਰਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ, ਭੈੜੇ ਸੰਸਕਾਰਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਹਾਂਜੀ ਮਾਸਟਰ ਸੋਮਨਾਥ ਜੀ, ਕੰਧ ਚ ਤਰੇੜ ਪੈ ਜਾਵੇ ਤਾਂ, ਕੰਧ ਚ ਤਰੇੜ ਪੈ ਜਾਵੇ ਤਾਂ, ਕੰਧ ਡਿੱਗ ਪੈਂਦੀ ਹੈ, ਕੰਧ ਡਿੱਗ ਪੈਂਦੀ ਹੈ, ਦਿਲ ਚ ਤਰੇੜ ਪੈ ਜਾਵੇ ਤਾਂ, ਦਿਲ ਚ ਤਰੇੜ ਪੈ ਜਾਵੇ ਤਾਂ, ਕੰਧ ਉਸਰ ਜਾਂਦੀ, ਕੰਧ ਉਸਰ ਜਾਂਦੀ ਹੈ। ਵਾਹ ਜੀ, ਕਿੰਨੀ ਡੂੰਗੀ ਗੱਲ ਹੈ। ਹਾਂਜੀ ਫਿਲਾਸਫਰ ਰਾਜ ਕੁਮਾਰ ਗੋਇਲ ਜੀ, ਮੱਕੇ ਗਿਆ ਗੱਲ ਮੁੱਕਣੀ ਨਹੀਂ, ਮੱਕੇ ਗਿਆ ਗੱਲ ਮੁੱਕਣੀ ਨਹੀਂ, ਜੇ ਸੌ ਸੌ ਹੱਜ ਕਰ ਆਈਏ, ਜੇ ਸੌ ਸੌ ਹੱਜ ਕਰ ਆਈਏ, ਗੰਗਾ ਗਿਆ ਗੱਲ ਮੁੱਕਣੀ ਨਹੀਂ, ਗੱਲ ਮੁੱਕਣੀ ਨਹੀਂ, ਜੇ ਸੌ ਸੌ ਗੋਤੇ ਲਾਈਏ, ਜੇ ਸੌ ਸੌ ਗੋਤੇ ਲਾਈਏ, ਬੁੱਲੇ ਸ਼ਾਹ ਗੱਲ ਤਾਈਓ ਮੁੱਕਣੀ, ਬੁੱਲੇ ਸ਼ਾਹ ਗੱਲ ਤਾਈਓ ਮੁੱਕਣੀ, ਜੇ ਮੈਂ ਨੂੰ ਮਾਰ ਮਕਾਈਏ, ਮੈਂ ਨੂੰ ਮਾਰ ਮਕਾਈਏ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਹਾਂਜੀ ਸੁਖਵਿੰਦਰ ਸਿੰਘ ਰਾਮਗੜੀਆ, ਹਾਂਜੀ, ਜੇ ਸੱਸਾਂ ਮਾਵਾਂ ਬਣ ਜਾਣ ਤਾਂ, ਜੇ ਸੱਸਾਂ ਮਾਵਾਂ ਬਣ ਜਾਣ ਤਾਂ, ਤੇ ਨੂੰਹਾਂ ਧੀਆਂ ਬਣ ਜਾਣ ਤਾਂ, ਨੂੰਹਾਂ ਧੀਆਂ ਬਣ ਜਾਣ ਤਾਂ, ਹਰ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ, ਹਰ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਹਾਂਜੀ ਸੁਭਦਨ ਸਾਹਿਬ, ਬੋਲਣੇ ਸੇ ਪਹਿਲੇ, ਹਾਂਜੀ ਬੋਲਣੇ ਸੇ ਪਹਿਲੇ, ਬੋਲਣ ਤੋਂ ਪਹਿਲਾਂ ਸ਼ਬਦ, ਸ਼ਬਦ ਇਨਸਾਨ ਕੇ ਵਸ ਮੇ ਹੋਤੇ ਹੈ, ਇਨਸਾਨ ਦੇ ਵਸ ਚ ਹੁੰਦੇ ਹਨ, ਬੋਲਣ ਤੋਂ ਬਾਅਦ, ਬੋਲਣ ਤੋਂ ਬਾਅਦ ਇਨਸਾਨ ਸ਼ਬਦਾਂ ਦੇ ਵਸ ਵਿੱਚ ਹੋ ਜਾਂਦਾ, ਇਨਸਾਨ ਸ਼ਬਦਾਂ ਦੇ ਵਸ ਵਿੱਚ ਹੋ ਜਾਂਦਾ। ਹਾਂਜੀ ਹੈ ਮਿੱਤੇ ਕੁਝ ਹੈ ਕੋ ਬੰਟੀ, ਠੀਕ ਹੈ ਜੀ। ਮੈਂ ਗੁਰਿੰਦਰ ਸਿੰਘ ਕੋਟਕਪੂਰਾ।